ਗੁਰਗੱਦੀ ਤੇ ਇਸ ਵਹਿਮਾਨ ਸਰਬ ਸਾਂਝੀ ਵਾਲਤਾ ਦੇ ਰਹਿਬਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਅੰਦਰ ਸੁਸ਼ੋਭਿਤ ਸਮੂਹ ਗੁਰੂ ਸਵਾਰੀ ਸਾਧ ਸੰਗਤ ਜੀਓ, ਖਾਸ ਕਰ ਸਮੂਹ ਅਫਗਾਨ ਸਿੱਖ ਸੰਗਤ ਨੂੰ ਪਤਾ ਹੈ ਅਸੀਂ ਆਪਣੀ ਇਕਾਗਰਤਾ ਕਿਵੇਂ ਬਣਾਉਂਦੇ ਹਾਂ। ਉਸੇ ਗੁਰਬਾਣੀ ਦੀ ਤੁੱਕ ਨੂੰ ਦੁਹਰਾ ਕੇ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ, ਸਾਰਿਆਂ ਨੇ ਇੱਕ ਰਸ ਇਸ ਪੰਕਤੀ ਦਾ ਗਾਇਨ ਕਰਨਾ ਹੈ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੈ, ਆਪ ਮੁਕਤ ਮੋਹੇ ਤਾਰੈ। ਆਪ ਮੁਕਤ ਮੋਹੇ ਤਾਰੈ, ਆਪ ਮੁਕਤ ਮੋਹੇ ਤਾਰੈ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਆਪ ਮੁਕਤ ਮੋਹੇ ਤਾਰੈ, ਆਪ ਮੁਕਤ ਮੋਹੇ ਤਾਰੈ। ਆਪ ਮੁਕਤ ਮੋਹੇ ਤਾਰੈ, ਆਪ ਮੁਕਤ ਮੋਹੇ ਤਾਰੈ। ਬੜੇ ਹੀ ਪਿਆਰ ਅਦਬ ਸਹਿਤ ਰਸਪਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ, ਆਪ ਜੀ ਨੂੰ ਭਾਈ ਗੁਰਦਾਸ ਜੀ ਦੀ ਰਸਨਾ ਤੋਂ ਉਚਾਰਨ, ਉਹਨਾਂ ਦੀਆਂ ਪੌੜੀਆਂ ਦਾ ਕੀਰਤਨ ਸਰਵਣ ਕਰਾ ਕੇ ਗਏ ਹਨ। ਗੁਰੂ ਨਾਨਕ ਪਾਤਸ਼ਾਹ ਨੂੰ ਉਹ ਹਾਜ਼ੀ ਲੋਕ ਪੁੱਛਦੇ ਨੇ ਕਿ ਤੁਹਾਡੀ ਇਸ ਕਿਤਾਬ ਦੇ ਵਿੱਚ ਕੀ ਲਿਖਿਆ। ਉਹ ਕਿਤਾਬ ਕਿਹੜੀ ਸੀ? ਉਹ ਸੀ ਗੁਰਬਾਣੀ ਦੀ ਪੋਥੀ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਅਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਜਵਾਬ ਦਿੱਤਾ ਸੀ, ਬਾਬਾ ਆਖੇ ਹਾਜ਼ੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਸ਼ੁਭ ਅਮਲ ਔਰ ਇਹ ਗੱਲ ਕੇਵਲ ਮੁਸਲਿਮ ਵੀਰ ਜਾਂ ਕੇਵਲ ਹਿੰਦੂ ਵੀਰਾਂ ਵਾਸਤੇ ਨਹੀਂ ਹੈ, ਸਾਰੀ ਦੁਨੀਆਂ ਵਾਸਤੇ ਸਾਂਝੀ ਗੱਲ, ਸਿੱਖਾਂ ਵਾਸਤੇ ਵੀ ਹੈ ਸ਼ੁਭ ਅਮਲ। ਪਰਸੋਂ ਤਿੰਨ ਸੱਸਿਆਂ ਦੀ ਅਸੀਂ ਵਿਚਾਰ ਆਰੰਭ ਕੀਤੀ ਸੀ। ਤਿੰਨ ਸੱਸੇ ਸਾਡੀ ਜ਼ਿੰਦਗੀ ਬਦਲ ਸਕਦੇ ਨੇ, ਸੱਸਾ ਸੁਣਨਾ, ਗੁਰਬਾਣੀ ਨੂੰ ਸੁਣਨਾ, ਜਿਵੇਂ ਆਪ ਸੁਣ ਰਹੇ ਹੋ ਹੁਣ ਗੁਰਬਾਣੀ ਕੀਰਤਨ ਕਥਾ ਵਿਚਾਰ। ਦੂਜਾ ਸੱਸਾ ਸਮਝਣਾ, ਜੋ ਗੁਰੂ ਦੇ ਸ਼ਬਦ ਨੂੰ ਸੁਣਿਆ ਉਹਨੂੰ ਸਮਝ ਲੈਣਾ। ਅਤੇ ਤੀਸਰਾ ਸੱਸਾ ਸਮਾ ਜਾਣਾ, ਜੋ ਸਮਝਿਆ ਗੁਰੂ ਦੇ ਉਸ ਉਪਦੇਸ਼ ਦੇ ਵਿੱਚ ਸਮਾ ਜਾਣਾ। ਇੰਨਾ ਯਾਦ ਰੱਖਿਓ, ਸੁਣਨਾ ਕੰਨ ਰਸ ਹੈ, ਕਿਉਂਕਿ ਕੰਨਾਂ ਨਾਲ ਸੁਣਨਾ ਔਰ ਕੰਨਾਂ ਨੂੰ ਪਸੰਦ ਆਉਣਾ ਚਾਹੀਦਾ। ਕੋਈ ਸਾਖੀ ਸੁਣਾਏ, ਕੋਈ ਸ਼ਬਦ ਸੁਣਾਏ, ਕੰਨਾਂ ਨੂੰ ਰਸ ਹੈ। ਸੁਣਨਾ ਕੰਨ ਰਸ ਹੈ, ਸਮਝਣਾ ਮਨ ਰਸ ਹੈ, ਕਿਉਂਕਿ ਜਿਹਨੇ ਸਮਝਣਾ ਉਹਨੂੰ ਮਨ ਨਾਲ ਸਮਝਣਾ ਪਏਗਾ, ਮਨ ਨੇ ਵਿਚਾਰ ਕਰਨੀ ਹੈ। ਪਰ ਸਮਾ ਜਾਣਾ ਆਤਮਰਸ ਹੈ। ਜਿਹਨੇ ਆਤਮਰਸ ਲੈਣੇ ਉਹਨੂੰ ਗੁਰੂ ਸ਼ਬਦ ਵਿੱਚ ਸਮਾਉਣਾ ਪੈਣੇ, ਨਿਰਾ ਸੁਣਨ ਦੇ ਨਾਲ ਆਤਮਰਸ ਨਹੀਂ ਆ ਜਾਣਾ। ਸਤਿਗੁਰ ਕੀ ਜਿਸਨੋਂ ਮਤ ਆਵੇ, ਸੋ ਸਤਿਗੁਰ ਮਹੇ ਸਮਾਨਾ। ਤਿੰਨ ਪੜਾਅ ਨੇ ਸਮਾ ਜਾਣ ਤੱਕ ਦੇ, ਬੁੱਧੀ ਦੇ ਤਿੰਨ ਪੜਾਅ ਨੇ। ਇੱਕ ਪੜਾਅ ਹੈ ਨੰਬਦਾ ਬੁੱਧੀ, ਦੂਸਰਾ ਹੈ ਚਮੜਾ ਬੁੱਧੀ, ਅਤੇ ਤੀਸਰਾ ਹੈ ਤੇਲਤ ਬੁੱਧੀ। ਨੰਬਦਾ ਬੁੱਧੀ ਕੀ ਹੈ? ਨੰਬਦਾ ਆਖਦੇ ਨੇ ਸਪੰਜ ਨੂੰ, ਸਪੰਜ ਵਿੱਚ ਸੂਈ ਖੁਬੋਵੋ ਲੱਗਦਾ ਖੁੱਬ ਗਈ ਹੈ, ਪਰ ਜਦੋਂ ਸੂਈ ਨੂੰ ਬਾਹਰ ਕੱਢਦੇ ਹਾਂ ਕੋਈ ਨਿਸ਼ਾਨ ਹੀ ਨਹੀਂ ਹੈ। ਜਿੰਨਾ ਕੁ ਚਿਰ ਸੂਈ ਸਪੰਜ ਦੇ ਵਿੱਚ ਰਬੜ ਦੇ ਵਿੱਚ ਖੁੱਬੀ ਰਹੀ ਲੱਗਦਾ ਵੀ ਖੁੱਬ ਗਈ ਹੈ, ਪਰ ਜਦੋਂ
ਉਸ ਸੂਈ ਨੂੰ ਸਪੰਜ ਵਿੱਚੋਂ ਬਾਹਰ ਕੱਢਿਆ ਅਤੇ ਕੋਈ ਵੀ ਉਹਦੇ ਵਿੱਚ ਛੇਦ ਨਹੀਂ, ਕੋਈ ਮੋਰੀ ਨਹੀਂ ਉਹਦੇ ਵਿੱਚ। ਨਮਤਾ ਬੁੱਧੀ ਉਹ ਹੈ ਜਿੰਨਾ ਚਿਰ ਗੁਰੂ ਹਜ਼ੂਰੀ 'ਚ ਬੈਠ ਕੇ ਪਾਠ ਸੁਣਿਆ, ਕੀਰਤਨ ਸੁਣਿਆ, ਕਥਾ ਸੁਣੀ, ਲੱਗਦਾ ਵੀ ਮਨ 'ਚ ਬਾਣੀ ਖੁੱਭ ਗਈ, ਵਸ ਗਈ, ਟਿਕ ਗਏ, ਉਹਨਾਂ ਚਿਰ ਲੱਗਦਾ ਵੀ ਵਾਹ ਜੀਵਨ ਤਬਦੀਲ ਹੋ ਰਿਹਾ, ਉਹਨਾਂ ਚਿਰ ਲੱਗਦਾ ਵੀ ਵਿਕਾਰਾਂ ਤੋਂ ਖਹਿੜਾ ਛੁੱਟ ਗਿਆ। ਪਰ ਜਦੋਂ ਹੀ ਸੂਈ ਉਸ ਨਬਦੇ 'ਚੋਂ ਬਾਹਰ ਕੱਢੀ, ਕੋਈ ਛੇਦ ਨਹੀਂ ਬਣਿਆ, ਅਜੇ ਬਾਹਰ ਨਿਕਲਿਆ ਹੀ ਸੀ, ਜਿਵੇਂ ਦਰਬਾਰ ਤੋਂ ਬਾਹਰ ਨਿਕਲਿਆ ਉਹ ਸਾਰਾ ਕੁਝ ਫਿਰ ਭੁੱਲ ਗਿਆ। ਮਾਇਆ ਨੇ, ਸੰਸਾਰ ਨੇ ਸਾਰਾ ਕੁਝ ਧੋ ਕੇ ਰੱਖ ਦਿੱਤਾ। ਇਹ ਸੀ ਨਮਦਾ ਬੁੱਧ। ਜਿਵੇਂ ਦਰਬਾਰ ਤੋਂ ਬਾਹਰ ਨਿਕਲਿਆ, ਅਤੇ ਕੇਵਲ ਇਹੀ ਨਹੀਂ ਨਿਕਲਿਆ, ਮਨ ਵੀ ਨਾਲੇ ਨਿਕਲ ਤੁਰਿਆ। ਮਨ ਨੇ ਕੋਈ ਚੀਜ਼ ਦੇਖੀ, ਅੱਖਾਂ ਵੀ ਨਿਕਲ ਤੁਰੀਆਂ। ਮਨ ਨੇ ਕੋਈ ਆਵਾਜ਼ ਸੁਣੀ, ਸੰਗੀਤ ਸੁਣਿਆ, ਕੰਨ ਵੀ ਨਾਲੇ ਤੁਰ ਪਏ। ਇਹਨਾਂ ਇੰਦਰੀਆਂ ਦੇ ਪਿੱਛੇ ਬੁੱਧੀ ਵੀ ਨਾਲੇ ਤੁਰ ਪਈ। ਜਿਵੇਂ ਕੋਈ ਡਾਕਟਰ ਡਾਇਗਨੋਸ ਕਰਦਾ ਨਾ ਕਿਸੇ ਬਿਮਾਰੀ ਨੂੰ, ਰੋਗ ਨੂੰ, ਭਗਤ ਰਵਿਦਾਸ ਜੀ ਵੀ ਸਾਡੇ ਰੋਗ ਨੂੰ ਡਾਇਗਨੋਸ ਕਰਦੇ ਨੇ। ਕਹਿੰਦੇ ਸਿੱਖਾ ਆਹ ਦੱਸਾਂ, ਜਿੰਨਾ ਚਿਰ ਤੇਰੇ ਇੰਦਰੇ ਤਕੜੇ ਨੇ ਅਤੇ ਤੇਰੀ ਬੁੱਧੀ ਕਮਜ਼ੋਰ ਹੈ, ਸਮਝ ਲਈ ਧਰਮ ਦੀ ਦੁਨੀਆਂ 'ਚ ਪ੍ਰਵੇਸ਼ ਹੀ ਨਹੀਂ ਕੀਤਾ, ਡਿਗਰੀ 'ਤੇ ਬਹੁਤ ਦੂਰ ਦੀ ਗੱਲ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਸਬਲ ਮੈਨੇ ਤਕੜੀ, ਜਿਹਨਾਂ 'ਚ ਨੇ ਇੰਦਰੀਆਂ ਤਕੜੀਆਂ ਨੇ, ਅੱਖਾਂ ਕੰਨ ਨੱਕ ਹੱਥੀ ਨਹੀਂ ਆਉਂਦੇ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਅਤੇ ਵਿਵੇਕ ਬੁੱਧ ਹੈ ਨਿਬਲ, ਬਲ ਤੋਂ ਰਹਿਤ ਕਮਜ਼ੋਰ, ਜਿੰਨਾ ਚਿਰ ਬੁੱਧੀ ਕਮਜ਼ੋਰ ਹੈ, ਇੰਦਰੇ ਤਕੜੇ ਨੇ, ਪਰਮਾਰਥ ਪ੍ਰਵੇਸ਼ ਨਾਹੀਂ, ਸਮਝ ਲਈ ਪਰਮਾਰਥ ਵਿੱਚ ਐਡਮਿਸ਼ਨ ਹੀ ਨਹੀਂ ਮਿਲੀ, ਪਰਮਾਰਥ ਦੀ ਡਿਗਰੀ 'ਤੇ ਬਹੁਤ ਦੂਰ ਦੀ ਗੱਲ ਹੈ, ਅਜੇ ਤਾਂ ਪ੍ਰਵੇਸ਼ ਹੀ ਨਹੀਂ ਕੀਤਾ ਧਰਮ ਵਿੱਚ। ਅਮਲ 'ਤੇ ਕਿਸ ਦਿਨ ਹੋਏਗਾ? ਨਮਦਾ ਬੁੱਧ ਉਹ ਹੈ ਜਿੰਨਾ ਕੁ ਚਿਰ ਗੁਰੂ ਹਜ਼ੂਰੀ 'ਚ ਬੈਠੇ ਰੇਲ, ਲੱਗਦਾ ਮਨ ਜੁੜ ਗਿਆ ਬਾਣੀ 'ਚ, ਨਾਮ ਵਿੱਚ, ਪ੍ਰਭੂ ਦੇ ਵਿੱਚ, ਬਸ ਦਰਬਾਰ 'ਚੋਂ ਬਾਹਰ ਨਿਕਲਿਆ, ਮਾਇਆ ਨੇ ਫਿਰ ਗਲਬਾ ਪਾ ਦਿੱਤਾ। ਇਹ ਹੈ ਨਮਦਾ ਬੁੱਧ। ਦੂਸਰੀ ਹੈ ਚਮੜਾ ਬੁੱਧ। ਜਿਹੜੇ ਚਮੜੇ ਦੀ ਜੁੱਤੀ ਪਹਿਨਦੇ ਨੇ ਉਹਨਾਂ ਨੂੰ ਇੱਕ ਗੱਲ ਦਾ ਪਤਾ ਹੋਵੇਗਾ ਕਿ ਚਮੜੇ ਵਿੱਚ ਜਿੰਨਾ ਕੁ ਛੇਕ ਕਾਰੀਗਰ ਨੇ ਕਰ ਦਿੱਤਾ, ਜੁੱਤੀ ਟੁੱਟਣ ਤੱਕ ਉਨਾ ਕੋਈ ਛੇਦ ਰਹਿੰਦਾ, ਨਾ ਉਹ ਵੱਧਦਾ ਨਾ ਘਟਦਾ ਹੈ, ਉਨਾ ਕੋਈ। ਚਮੜਾ ਬੁੱਧ ਉਹ ਹੈ ਜਿੰਨਾ ਕੋ ਧਰਮ ਕਰਮ ਕੀਤਾ, ਬਸ ਸਾਰੀ ਜ਼ਿੰਦਗੀ ਉਹੀ ਕਰਦਾ ਰਿਹਾ, ਰੋਜ਼ ਦਾ ਇੱਕ ਨੇਮ ਬਣ ਗਿਆ, ਨਾ ਵਧਿਆ ਧਰਮ ਨਾ ਘਟਿਆ ਧਰਮ। ਇੱਕ ਪੌਂਡ ਗੋਲਕ 'ਚ ਪਾ ਦਿੱਤਾ, ਇੱਕ ਪੌਂਡ ਕੀਰਤਨੀ ਅੱਗੇ ਰੱਖ ਦਿੱਤਾ, ਮੱਥਾ ਟੇਕ ਲਿਆ, ਕੜਾ ਪ੍ਰਸ਼ਾਦ ਲੈ ਲਿਆ, ਚਲੇ ਗਏ। ਇੱਕ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ, ਇੱਦਾਂ ਹੀ ਗੁਜ਼ਰ ਗਏ। ਇਹ ਹੈ ਚਮੜਾ ਬੁੱਧ। ਮਾਨੋ ਜਿਵੇਂ ਬੱਚੇ ਨੂੰ ਕੋਈ ਸਕੂਲ ਭੇਜਦਾ ਹੈ, ਅਤੇ ਸਕੂਲ ਵਿੱਚ ਬੱਚੇ ਨੂੰ ਕਿਹਾ ਕਿ ਸਿੱਖ ਇਹ ਐਪਲ ਸੇਬ ਬਣਾ ਦਿੱਤਾ, ਤਾਂ ਕਿ ਉਹਦੇ ਵੱਲ ਦੇਖ ਕੇ ਇਹ ਯਾਦ ਆ ਜਾਏ ਉਹਨੂੰ। ਊੜਾ ਊਂਠ, ਐੜਾ ਅੰਬ, ਐੜੇ ਦੇ ਨਾਲ ਅੰਬ ਤਾਂ ਬਣਾਇਆ ਸੀ ਕਿ ਅੰਬ ਦੇਖ ਕੇ ਉਹਨੂੰ ਐੜੇ ਦੀ ਯਾਦ ਆ ਜਾਏ। ਪਰ ਜੇ ਬੱਚਾ ਪੰਜ ਸਾਲ, ਦਸ ਸਾਲ ਐੜਾ ਅੰਬ ਹੀ ਕਰਦਾ ਰਹੇ, ਉਹ ਤਰੱਕੀ ਨਹੀਂ ਕਰ ਸਕੇਗਾ। ਅਜੇ ਤੱਕ ਅੰਬ 'ਤੇ ਖਲੋਤਾ ਹੈ, ਬੱਚਾ ਸਾਲ ਬਾਅਦ ਬਦਲ ਜਾਂਦਾ, ਸਾਲ ਬਾਅਦ ਅੰਬ ਦੀ ਤਸਵੀਰ ਨਹੀਂ ਰਹਿੰਦੀ, ਸਾਲ ਬਾਅਦ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਐੜਾ ਅਨਾਰ ਵੀ ਹੁੰਦਾ, ਐੜਾ ਅਮਰੂਦ ਵੀ ਹੁੰਦਾ, ਐੜਾ ਅੰਮ੍ਰਿਤ ਵੀ ਹੁੰਦਾ। ਪਰ ਇਹ ਸਾਲ ਬਾਅਦ ਨਹੀਂ ਬਦਲਿਆ, ਪੰਜ ਸਾਲ, ਦਸ ਸਾਲ ਐੜੇ ਅੰਬ 'ਤੇ ਖਲੋਤਾ ਹੈ, ਗੁਰਦੁਆਰੇ ਵੀ ਮੱਥਾ ਟੇਕ ਲੈਂਦਾ, ਘਰੇ ਜਾ ਕੇ ਸ਼ਰਾਬ ਵੀ ਪੀ ਲੈਂਦਾ, ਕਥਾ ਕੀਰਤਨ ਵੀ ਸੁਣ ਲੈਂਦਾ, ਦੁਕਾਨ 'ਤੇ ਠੱਗੀਆਂ ਵੀ ਕਰ ਲੈਂਦੇ, ਹੇਰਾ ਫੇਰੀਆਂ ਵੀ ਕਰ ਲੈਂਦੇ, ਗੁਰੂ ਚਰਨਾਂ 'ਚ ਬੈਠ ਕੇ ਗੁਰਬਾਣੀ ਦਾ ਕੀਰਤਨ ਵੀ ਬੋਲ ਲੈਂਦਾ, ਸੰਗਤੀ ਰੂਪ 'ਚ ਉੱਚੀ ਉੱਚੀ ਬੋਲਦਾ, ਅਤੇ ਘਰੇ ਜਾ ਕੇ ਨਿੰਦਿਆ ਚੁਗਲੀ 'ਤੇ ਗਾਲਾਂ ਵੀ ਕੱਢ ਲੈਂਦਾ। ਚਮੜਾ ਬੁੱਧ ਹੈ, ਇੱਕ ਥਾਂ ਟਿਕ ਗਈ। ਬੱਚਾ ਵੀ ਜਿਹੜਾ ਸਾਲ ਬਾਅਦ ਆਪਣੀ ਪੜ੍ਹਾਈ ਅੱਗੇ ਵਧਾ ਲੈਂਦਾ, 20 ਸਾਲ ਤੋਂ ਇੱਕੋ ਪੜ੍ਹਾਈ ਕਰ ਰਿਹਾ, ਇਹ ਹੈ ਚਮੜਾ ਬੁੱਧ। ਅਤੇ ਚਮੜੇ ਬੁੱਧ ਵਿੱਚ ਇੰਨੇ ਫਸ ਚੁੱਕੇ ਹਾਂ, ਯਾਦ ਰੱਖਿਓ ਤਿੰਨ ਤਰ੍ਹਾਂ ਦੇ ਅਰਥ ਹੁੰਦੇ ਨੇ ਬਾਣੀ ਦੇ, ਇੱਕ ਅੱਖਰੀ ਅਰਥ, ਇੱਕ ਭਾਵ ਅਰਥ, ਇੱਕ ਅਨੁਭਵੀ ਅਰਥ। ਜ਼ਰੂਰੀ ਨਹੀਂ ਹਰ ਥਾਂ ਅੱਖਰੀ ਅਰਥ ਕੰਮ ਆਉਣ, ਜਿਵੇਂ ਅਸੀਂ ਪੜ੍ਹਦੇ ਹਾਂ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੇ ਨਿਤ ਭੇੜ, ਅੱਖਰੀ ਅਰਥ ਕਰ ਲਓ
ਕਿ ਲੇਲੇ ਨੂੰ ਭੇਡ ਚੁੰਘਦੀ ਹੈ। ਕਦੀ ਦੇਖਿਆ ਭੇਡ ਲੇਲੇ ਨੂੰ ਚੁੰਘਦੀ ਹੋਵੇ? ਹੁਣ ਭਾਵ ਅਰਥ ਕਰਨੇ ਪੈਣਗੇ। ਭਾਵ ਅਰਥ ਕੀ ਹੈ? ਇਹ ਮਨ ਲੇਲਾ ਹੈ, ਬੁੱਧੀ ਇਹਨੂੰ ਚੁੰਘਦੀ ਫਿਰਦੀ ਹੈ, ਬੁੱਧੀ ਹੈ ਭੇਡ। ਦੇਖੋ ਦੁਨੀਆ ਦੀ ਕੈਸੀ ਅਜੀਬ ਗੱਲਬਾਤ ਕਿ ਪੁੱਤਰ ਨੇ ਮਾਂ ਨਾਲ ਮੁਕਲਾਵਾ ਲੈ ਲਿਆ, ਪੁੱਤਰ ਮਾਂ ਨਾਲ ਵਿਆਹੀ ਗਈ। ਦੇਖੋ ਲੋਕਾਂ ਕਲ ਕਾ ਪਾਓ, ਸੁੱਤ ਮੁਕਲਾਈ ਆਪਣੀ ਮਾਓ। ਗੁਰਬਾਣੀ ਦੇ ਬਚਨ ਨੇ ਸੁੱਤ ਨੇ ਮਾਂ ਨਾਲ ਮੁਕਲਾਵਾ ਲੈ ਲਿਆ, ਇਹਦਾ ਮਤਲਬ ਕੀ ਸੀ? ਕਿ ਆਹ ਜਿਹੜੀ ਬੁੱਧੀ ਹੈ ਨਾ, ਇਹ ਮਨ ਨਾਲ ਵਿਆਹੀ ਗਈ, ਮਨ ਦੇ ਪਿੱਛੇ ਤੁਰ ਪਈ। ਬੁੱਧੀ ਮਨ ਪਿੱਛੇ ਤੁਰ ਪਈ। ਚਮੜਾ ਬੁੱਧ ਉਹ ਹੈ ਜਿਹੜੀ ਇੱਕ ਥਾਂ ਟਿੱਕੀ ਰਹਿ ਗਈ, ਚਮੜਾ ਬੁੱਧ ਉਹ ਹੈ ਜਿਹੜੀ ਮਨ ਨੂੰ ਚੁੰਘਦੀ ਹੈ। ਪਹਿਲੀ ਸੀ ਨਵਦਾ ਬੁੱਧ, ਦੂਜੀ ਚਮੜਾ ਬੁੱਧ, ਅਤੇ ਤੀਜੀ ਹੈ ਤੇਲਤ ਬੁੱਧ। ਤੇਲਤ ਬੁੱਧ ਕੀ ਹੈ? ਪਾਣੀ ਦੀ ਬਾਲਟੀ ਭਰੀ, ਇੱਕ ਬੂੰਦ ਤੇਲ ਦੀ ਪਾਈ, ਇੱਕ ਬੂੰਦ ਤੇਲ ਦੀ ਸਾਰੇ ਪਾਣੀ 'ਤੇ ਫੈਲ ਜਾਂਦੀ ਹੈ। ਪਾਣੀ ਦਾ ਟੱਬ ਭਰਿਆ, ਬਸ ਇੱਕ ਬੂੰਦ ਤੇਲ ਦੀ ਉਸ ਟੱਬ 'ਤੇ ਪਾਈ, ਸਾਰਾ ਤੇਲ ਟੱਬ ਦੇ ਵਿੱਚ ਫੈਲ ਗਿਆ। ਤੇਲਤ ਬੁੱਧ ਉਹ ਹੈ, ਗੁਰੂ ਨੇ ਇੱਕ ਸ਼ਬਦ ਸੁਣਾਇਆ, ਇੱਕ ਸ਼ਬਦ ਪੂਰੇ ਜੀਵਨ 'ਚ ਵਸ ਗਿਆ, ਪੰਜੇ ਤੱਤਾਂ ਦੇ ਵਿੱਚ ਵਸ ਗਿਆ, 17 ਤੱਤਾਂ 'ਚ ਵਸ ਗਿਆ, ਪੰਜਾਂ ਪ੍ਰਾਣਾਂ 'ਚ ਚਲਾ ਗਿਆ, ਪੰਜਾਂ ਇੰਦਰੀਆਂ 'ਚ ਚਲਾ ਗਿਆ, ਪੰਜਾਂ ਗਿਆਨ ਇੰਦਰੀਆਂ 'ਚ, ਪੰਜਾਂ ਕਰਮ ਇੰਦਰੀਆਂ 'ਚ ਚਲਾ ਗਿਆ, ਮਨ ਅਤੇ ਬੁੱਧੀ 'ਚ ਚਲਾ ਗਿਆ। ਇੱਕ ਤਾਂ ਹੁੰਦਾ ਬਾਹਰਲਾ ਸਰੀਰ, ਇੱਕ ਅੰਦਰਲਾ ਸਰੀਰ। ਬਾਹਰਲਾ ਸਰੀਰ ਪੰਜਾਂ ਤੱਤਾਂ ਦਾ, ਪੰਜ ਤੱਤ ਕੋ ਤੰਦ ਰਚਿਓ। ਇੱਕ ਅੰਦਰਲਾ ਸਰੀਰ ਹੈ 17 ਤੱਤਾਂ ਦਾ, ਜਿਹਦੇ ਵਿੱਚ ਪੰਜ ਸੂਖਮ ਤੱਤ ਨੇ, ਪੰਜ ਗਿਆਨ ਇੰਦਰੀ ਨੇ, ਪੰਜ ਕਰਮ ਇੰਦਰੀ ਨੇ, ਇੱਕ ਮਨ ਹੈ, ਇੱਕ ਬੁੱਧੀ ਹੈ। ਇਹਨਾਂ 17 ਦੇ ਵਿੱਚ ਸ਼ਬਦ ਸਮਾ ਗਿਆ, ਇੱਕ ਸ਼ਬਦ ਦੀ ਆਵਾਜ਼ ਸੁਣੀ, ਜੀਵਨ 'ਚ ਸਮਾ ਗਈ। ਅੱਖਾਂ ਵੀ ਗੁਰੂ ਦੀ ਬੋਲੀ ਦੇਖਦੀਆਂ ਨੇ, ਕੰਨ ਵੀ ਗੁਰੂ ਦੀ ਬੋਲੀ ਸੁਣਦੇ ਨੇ, ਜ਼ਬਾਨ ਗੁਰੂ ਦੀ ਬੋਲੀ ਬੋਲਦੀ ਹੈ, ਹਿਰਦੇ 'ਚੋਂ ਗੁਰੂ ਦੀ ਆਵਾਜ਼ ਨਿਕਲਦੀ ਹੈ, ਕਰਮ ਕਰਦਾ ਗੁਰੂ ਵਾਲੇ ਕਰਦਾ। ਸਮਝੋ ਤੇਲਤ ਬੁੱਧ ਆ ਗਈ, ਸਮਾ ਗਿਆ ਗੁਰੂ ਦਾ ਸ਼ਬਦ। ਹੁਣ ਜਿਹਦੇ ਅੱਖਾਂ 'ਚ ਵੀ ਗੁਰੂ, ਕੰਨਾਂ 'ਚ ਵੀ ਗੁਰੂ, ਜ਼ਬਾਨ 'ਤੇ ਗੁਰੂ, ਹਿਰਦੇ 'ਚ ਗੁਰੂ, ਉੱਥੇ ਗੁਰੂ ਦਾ ਰੂਪ ਹੋ ਗਿਆ ਨਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਨੀ ਸਤਿਗੁਰ ਭੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਮਨ ਗੁਰੂ 'ਚ ਰਤਿਆ ਗਿਆ, ਇੱਕਮਿਕ ਹੋ ਗਿਆ, ਸਮਾਜ ਹੋ ਗਿਆ। ਇਹ ਹੈ ਤੇਲਤ ਬੁੱਧ, ਜਿਹਦੇ 'ਚ ਸਮਾ ਜਾਂਦਾ ਹੈ। ਯਾਦ ਰੱਖਿਓ, ਤੇਲਤ ਬੁੱਧ ਉਹ ਹੈ ਕੇਵਲ ਕੰਨ ਸ਼ਬਦ ਨਹੀਂ ਸੁਣਦੇ, ਮਨ ਵੀ ਸੁਣਦਾ। ਕੇਵਲ ਮਨ ਨਹੀਂ ਸੁਣਦਾ, ਆਤਮਾ ਵੀ ਰਸ ਲੈਂਦੀ ਹੈ। ਅੱਖਾਂ ਵੀ ਸੁਣਦੀਆਂ ਨੇ, ਕੰਨ ਵੀ ਸੁਣਦੇ ਨੇ, ਜ਼ਬਾਨ ਵੀ। ਲੋਇਣ ਰਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੂਨੜੀ, ਰੱਤੀ ਲਾਲ ਲਵਾਏ। ਅੱਖਾਂ ਉਸ ਪਿਆਰੇ ਨੂੰ ਦੇਖਦੀਆਂ ਨੇ, ਫਿਰ ਇਹ ਨਹੀਂ ਵੀ ਸੰਗਤ ਵਿੱਚ ਤਾਂ ਰੱਬ ਦੇਖਦਾ, ਗੁਆਂਢੀ ਦੇ ਵਿੱਚੋਂ ਦੁਸ਼ਮਣ ਦੇਖਦਾ, ਰਿਸ਼ਤੇਦਾਰ 'ਚੋਂ ਦੁਸ਼ਮਣ ਦੇਖਦਾ, ਨਹੀਂ, ਉਹਦੀਆਂ ਅੱਖਾਂ ਸਾਰਿਆਂ 'ਚੋਂ ਰੱਬ ਦੇਖਦੀਆਂ ਨੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਉਹਦੇ ਕੰਨਾਂ ਦੇ ਵਿੱਚ ਪ੍ਰਭੂ ਦੀ ਆਵਾਜ਼ ਸਮਾ ਗਈ। ਜਿੱਧਰ ਸੁਣਦਾ ਰੱਬ ਦੀ ਆਵਾਜ਼ ਸੁਣਦਾ, ਇਹ ਨਹੀਂ ਆਖਦਾ ਮੇਰਾ ਮਿੱਤਰ ਬੋਲ ਰਿਹਾ, ਦੁਸ਼ਮਣ ਬੋਲ ਰਿਹਾ, ਉਹ ਆਖਦਾ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਰਾਮ ਹੀ ਤਾਂ ਬੋਲ ਰਿਹਾ। ਉਹਦੀ ਜੀਭ ਨਾਮ ਦੇ ਰਸ ਨੂੰ ਚੁੰਘਦੀ ਹੈ, ਬੁੱਲ ਬੰਦ ਨੇ, ਇਸ ਤਰ੍ਹਾਂ ਲੱਗਦਾ ਚੁੱਪ ਕਰਕੇ ਬੈਠਾ, ਘਰਦਿਆਂ ਨੂੰ ਨਹੀਂ ਪਤਾ ਲੱਗਦਾ, ਪਰ ਅੰਦਰੋਂ ਅੰਦਰੀ ਜੀਭ ਨਾਮ ਰਸ ਨੂੰ ਚੁੰਘੀ ਜਾਂਦੀ ਹੈ। ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੂਨੜੀ, ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚੱਕੋ ਲਿਆ, ਕੀਮਤ ਕਹੀ ਨਾ ਜਾਏ। ਇਹ ਹੈ ਤੇਲਤ ਬੁੱਧ। ਗੁਰੂ ਦਾ ਇੱਕ ਸ਼ਬਦ ਤੇਲ ਦੀ ਤਰ੍ਹਾਂ 17 ਪੱਖਾਂ ਦੇ ਵਿੱਚ ਸਮਾ ਗਿਆ, ਇੰਦਰੀਆਂ ਦੇ ਵਿੱਚ, ਕਰਮ ਇੰਦਰੀਆਂ 'ਚ, ਗਿਆਨ ਇੰਦਰੀਆਂ ਦੇ ਵਿੱਚ, ਸੂਖਮ ਤੱਤਾਂ ਦੇ ਵਿੱਚ, ਮਨ ਵਿੱਚ, ਬੁੱਧੀ ਦੇ ਵਿੱਚ ਲੀਨ ਹੋ ਗਿਆ। ਇਸ ਨੂੰ ਆਖਦੇ ਨੇ ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਜਿਸ ਦਿਨ ਸ਼ਬਦ ਨੂੰ ਜੀਵਨ 'ਚ ਸਮਾ ਲਏਗਾ, ਸਮਝ ਲਈ ਉਸ ਦਿਨ ਪ੍ਰਵਾਨ ਚੜ੍ਹੇਗਾ। ਇਸੇ ਸਮਾਨ ਨੂੰ ਆਖਦੇ ਨੇ ਅਮਲ। ਜੇ ਇਹ ਅਮਲ ਨਹੀਂ ਤਾਂ ਜਿੰਨੇ ਮਰਜ਼ੀ ਧਰਮ ਕਰਮ ਕਰੀ ਚੱਲ, ਸ਼ੁਭ ਅਮਲਾਂ ਬਾਝੋਂ
ਦੋਨੋਂ ਰੋਈ। ਗੱਲ ਅਮਲ ਦੀ ਹੈ, ਅਮਲ ਕੀ ਕਰ ਰਹੇ ਹੋ? ਭਾਈ ਸਾਹਿਬ ਜੀ ਨੇ ਸ਼ਬਦ ਪੜਿਆ ਸੀ, ਸਭ ਇਕੱਠੇ ਹੋਏ ਆਇਆ ਘਰ ਜਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਲਾਹਾ ਲੈ ਗਏ, ਕਿੰਨੇ ਕੁ ਗੁਰਮੁਖ ਨੇ ਜਿਹੜੇ ਇੱਥੋਂ ਲਾਹਾ ਲੈ ਕੇ ਜਾਣਗੇ। ਇਹ ਨਹੀਂ ਕਿਹਾ ਵੀ ਲਾਹਾ ਛੱਡ ਕੇ ਗਏ, ਲੈ ਕੇ ਜਾਣਾ, ਅਤੇ ਲੈ ਕੇ ਕਿਹੜਾ ਜਾਏਗਾ? ਜਿਹੜਾ ਗੁਰੂ ਦੀ ਮਤ ਨਾਲ ਲੈ ਕੇ ਜਾਏਗਾ। ਲਾਹਾ ਤੁਹਾਨੂੰ ਮੈਂ ਦੱਸ ਦਿੰਦਾ ਵੀ ਕਿਹੜਾ ਲਿਜਾ ਸਕਦੇ ਹੋ। 550ਵਾਂ ਪਾਵਨ ਪ੍ਰਕਾਸ਼ ਪੁਰਬ ਗੁਰੂ ਨਾਨਕ ਸਾਹਿਬ ਦਾ ਅਸੀਂ ਮਨਾ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਕੀਮਤੀ ਖਜ਼ਾਨਾ ਦੁਨੀਆਂ ਨੂੰ ਦਿੱਤਾ ਸੀ ਗੁਰਬਾਣੀ ਦਾ, ਜਿਹਦੇ ਵਿੱਚ ਬਾਕੀ ਗੁਰੂ ਸਾਹਿਬਾਨਾਂ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਸਿੱਖਾਂ ਦੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਨਾਨਕ ਦੇ ਘਰ ਦਾ ਖਜ਼ਾਨਾ। ਜੇ ਲਾਹਾ ਲੈ ਕੇ ਜਾਣੇ ਫਿਰ ਇੱਕ ਚੀਜ਼ ਲੈ ਕੇ ਜਾਇਓ, ਅੱਜ ਘਰਾਂ 'ਚ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰ ਦਿਉ। ਜਿਹੜੇ ਅਰਥਾਂ ਸਮੇਤ ਕਰ ਸਕਦੇ ਨੇ ਅਰਥਾਂ ਸਮੇਤ ਕਰੋ, ਸਟੀਕਾਂ ਗੁਰਦੁਆਰਿਆਂ 'ਚ ਮਿਲ ਜਾਂਦੀਆਂ ਨੇ, ਫਿਰ ਮੰਨਾਂਗੇ ਵੀ ਇੱਥੋਂ ਲਾਹਾ ਲੈ ਕੇ ਗਏ ਹੋ ਤੁਸੀਂ। ਦੂਜੀ ਗੱਲ, ਇੱਕ ਤਾਂ ਘਰਾਂ 'ਚ ਗੁਰਬਾਣੀ ਦਾ ਪਾਠ ਆਰੰਭ ਕਰੋ, ਫਿਰ ਸਵਾਲ ਇਹ ਪੈਦਾ ਹੋ ਜਾਂਦਾ ਹੈ ਜੀ ਸਾਨੂੰ ਤਾਂ ਪੰਜਾਬੀ ਨਹੀਂ ਆਉਂਦੀ, ਜਾਂ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ। ਦੂਜੀ ਗੱਲ, ਘਰਾਂ 'ਚ ਪੰਜਾਬੀ ਲੈ ਕੇ ਜਾਓ। ਗੁਰੂ ਨਾਨਕ ਸਾਹਿਬ ਨੇ ਪਠਾਣਾਂ ਨੂੰ ਇੱਕ ਗੱਲ ਕਹੀ ਸੀ, ਜਦੋਂ ਬਾਬਰ ਨੇ ਹਮਲਾ ਕੀਤਾ ਅਹਿਮਦਾਬਾਦ ਦੀ ਧਰਤੀ 'ਤੇ, ਪਠਾਣਾਂ ਦਾ ਰਾਜ ਸੀ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਪਠਾਣਾਂ ਨੂੰ ਕਿਹਾ ਸੀ ਤੁਸੀਂ ਬਚ ਨਹੀਂ ਸਕੋਗੇ। ਉਹ ਕਹਿਣ ਲੱਗੇ ਜੀ ਕਿਉਂ? ਕਹਿਣ ਲੱਗੇ ਨਾ ਤੁਹਾਡੀ ਬੋਲੀ ਰਹੀ, ਨਾ ਤੁਹਾਡਾ ਲਿਬਾਸ ਰਿਹਾ, ਕਿੱਥੇ ਬਚੋਗੇ? ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ, ਤੁਸੀਂ ਆਪਣੀ ਬੋਲੀ ਗਵਾ ਬੈਠੇ ਹੋ, ਇਸ ਕਰਕੇ ਹੁਣ ਤੁਸੀਂ ਨਹੀਂ ਬਚ ਸਕੋਗੇ। ਔਰ ਇਹ ਗੱਲ ਸਿੱਖ ਦੇ ਉੱਪਰ ਵੀ ਅੱਜ ਲਾਗੂ ਹੁੰਦੀ ਹੈ। ਅੱਜ ਸਾਡੇ ਸਿੱਖ ਪਰਿਵਾਰ ਕੀ ਨੇ, ਘਰਾਂ 'ਚ ਅਸੀਂ ਬੋਲਦੇ ਹਾਂ ਹਿੰਦੀ, ਬਾਹਰ ਵਿਹਾਰਕ ਤੌਰ 'ਤੇ ਬੋਲਦੇ ਹਾਂ ਅਸੀਂ ਇੰਗਲਿਸ਼, ਅਤੇ ਪੰਜਾਬੀ ਦੀ ਵਾਰੀ ਉਦੋਂ ਆਉਂਦੀ ਜਦੋਂ ਕਿਸੇ ਨੂੰ ਗਾਲਾਂ ਕੱਢਣੀਆਂ ਆਉਣ, ਉਹ ਪੰਜਾਬੀ 'ਚ ਕੱਢਦੇ ਹਾਂ, ਬਸ ਹੋਰ ਕੋਈ ਬਚੀ ਨਹੀਂ ਚੀਜ਼। ਪੰਜਾਬੀ ਘਰਾਂ 'ਚ ਲੈ ਕੇ ਆਓ, ਕਿਉਂ? ਕਿਉਂਕਿ ਜੇ ਤੁਹਾਡਾ ਬੱਚਾ ਪੰਜਾਬੀ ਨਾਲ ਟੁੱਟ ਗਿਆ, ਸਮਝ ਲਿਓ ਉਹ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ। ਜੇ ਜਪ ਪੰਜਾਬੀ ਨਾਲ ਟੁੱਟ ਗਿਆ, ਫਿਰ ਉਹ ਰਹਿਰਾ ਸਾਹਿਬ ਦਾ ਪਾਠ ਨਹੀਂ ਕਰ ਸਕਦਾ, ਫਿਰ ਉਹ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ, ਫਿਰ ਵਾਸਾ ਕੀ ਵਾਰ ਦਾ ਪਾਠ ਨਹੀਂ ਕਰ ਸਕਦਾ। ਜੇ ਪੰਜਾਬੀ ਨਾਲ ਟੁੱਟ ਗਿਆ, ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕਰ ਸਕਦਾ। ਇੰਨਾ ਸਮਝ ਲਿਓ, ਜੇ ਤੁਸੀਂ ਪੰਜਾਬੀ ਨਾਲ ਟੁੱਟ ਗਏ, ਤੁਹਾਡਾ ਬੱਚਾ ਪੰਜਾਬੀ ਨਾਲ ਟੁੱਟ ਗਿਆ, ਸਮਝ ਲਿਓ ਉਹ ਆਪਣੇ ਗੁਰੂ ਦੇ ਨਾਲ ਟੁੱਟ ਗਿਆ। ਇਸ ਕਰਕੇ ਘਰਾਂ 'ਚ ਦੂਜੀ ਚੀਜ਼, ਘਰਾਂ 'ਚ ਪੰਜਾਬੀ ਲੈ ਕੇ ਆਓ। ਇੰਗਲਿਸ਼ ਬਾਹਰੋਂ ਬੱਚੇ ਸਿੱਖ ਲੈਣਗੇ, ਪਰ ਤੁਹਾਡੇ ਬੱਚਿਆਂ ਨੂੰ ਪੰਜਾਬੀ ਬਾਹਰ ਕਿਸੇ ਨੇ ਨਹੀਂ ਸਿਖਾਉਣੀ, ਉਹ ਮਾਂ ਪਿਓ ਨੇ ਸਿਖਾਉਣੀ, ਤੁਸੀਂ ਸਿਖਾਉਣੀ ਹੈ। ਦੂਜੀ ਗੱਲ, ਘਰਾਂ 'ਚ ਪੰਜਾਬੀ ਲੈ ਕੇ ਜਾਓ। ਜੇ ਲਾਹਾ ਲੈ ਕੇ ਜਾਣੇ, ਪਹਿਲਾਂ ਆਪਣੇ ਘਰਾਂ 'ਚ ਗੁਰਬਾਣੀ ਦਾ ਪਾਠ ਕਰੋ। ਦੂਜੀ ਗੱਲ, ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਉਹ ਆਪਣੇ ਘਰਾਂ 'ਚ ਪੰਜਾਬੀ ਲਾਗੂ ਕਰੋ, ਪੰਜਾਬੀ ਲਿਖੋ, ਪੜ੍ਹੋ, ਬੋਲੋ, ਬੱਚਿਆਂ ਨੂੰ ਸਿਖਾਓ। ਅਤੇ ਤੀਜੀ ਗੱਲ, ਇਹ ਲਾਹਾ ਆਪਣੇ ਤੱਕ ਸੀਮਤ ਨਾ ਰੱਖਿਓ। ਕਿੰਨੇ ਸਾਲ ਹੋ ਗਏ ਇੰਗਲੈਂਡ ਦੇ ਵਿੱਚ ਸਿੱਖਾਂ ਨੂੰ ਵਸਦਿਆਂ, ਕਿੰਨੇ ਸਾਲ ਹੋ ਗਏ? ਤੀਜੀ ਚੌਥੀ ਪੀੜ੍ਹੀ ਚੱਲ ਰਹੀ ਪੰਜਾਬੀਆਂ ਦੀ, ਖਾਸ ਕਰਕੇ। ਅਤੇ ਇਹ ਗੁਰਬਾਣੀ ਦਾ ਲਾਹਾ ਅਮਲ ਅਸੀਂ ਆਪਣੇ ਆਪ ਨੂੰ ਨਹੀਂ ਦਿੱਤਾ, ਆਪਣੇ ਬੱਚਿਆਂ ਨੂੰ ਨਹੀਂ ਦਿੱਤਾ, ਭਲਾ ਇੰਗਲੈਂਡ ਦੇ ਲੋਕਾਂ ਨੂੰ ਕਿੱਥੋਂ ਦੇਣਾ ਸੀ? ਜੇ ਇੰਨੇ ਸਾਲਾਂ ਵਿੱਚ ਅਸੀਂ ਲਾਹਾ ਵੰਡਿਆ ਹੁੰਦਾ ਨਾ ਗੁਰੂ ਦੀ ਬਾਣੀ ਦਾ, ਅੱਜ ਇਸ ਦੀਵਾਨ ਹਾਲ ਵਿੱਚ ਕਾਲੇ ਵੀ ਬੈਠੇ ਹੁੰਦੇ, ਗੋਰੇ ਵੀ ਬੈਠੇ ਹੁੰਦੇ, ਦੂਜੀ ਕਮਿਊਨਿਟੀ ਦੇ ਲੋਕ ਵੀ ਬੈਠੇ ਹੁੰਦੇ, ਅੱਜ ਗੁਰੂ ਨਾਨਕ ਦੀ ਬਾਣੀ ਦਾ ਉਪਦੇਸ਼ ਵੰਡਿਆ ਜਾਣਾ, ਅਸੀਂ ਵੀ ਜਾ ਕੇ ਲੈ ਕੇ ਆਈਏ। ਇਹ ਲਾਹਾ ਅਸੀਂ ਦੁਨੀਆਂ ਨੂੰ ਵੰਡਦੇ, ਕਿਉਂਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੇਵਲ ਸਿੱਖਾਂ ਵਾਸਤੇ ਨਹੀਂ, ਗੁਰਬਾਣੀ ਦਾ ਖੁਦ ਦਾ ਫਰਮਾਨ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਸਾਰੀ ਦੁਨੀਆਂ ਦਾ ਸਾਂਝਾ ਗਿਆਨ ਹੈ। ਇਹ ਲਾਹਾ ਦੁਨੀਆਂ ਨੂੰ ਵਰਤਾਉਣਾ ਸੀ, ਅਸੀਂ ਆਪਣੇ ਬੱਚਿਆਂ ਨੂੰ ਨਹੀਂ ਵਰਤਾਇਆ, ਅਸੀਂ ਆਪਣੇ ਆਪ ਨੂੰ ਨਹੀਂ ਵਰਤਾਇਆ। ਨਤੀਜਾ ਕੀ ਨਿਕਲਿਆ? 80% ਸਾਡੇ ਇੰਗਲੈਂਡ ਦੇ ਸਿੱਖ ਜਿਹੜੇ ਨੇ ਉਹ ਗੁਰਦੁਆਰਿਆਂ ਨਾਲੋਂ ਟੁੱਟ ਗਏ, ਬਾਣੀ ਨਾਲੋਂ ਟੁੱਟ ਗਏ, ਸ਼ਬਦ ਨਾਲੋਂ ਟੁੱਟ ਗਏ। ਮੈਨੂੰ ਅਫਸੋਸ ਨਾਲ ਇੱਕ ਹੋਰ ਗੱਲ ਕਹਿਣੀ ਪੈਂਦੀ ਹੈ, ਆਪਣੇ ਤੋਂ ਸ਼ੁਰੂ ਕਰਾਂ। ਪ੍ਰਚਾਰਕ ਜਿਹੜੇ ਨੇ ਉਹ ਇੱਕ ਗੱਲ ਦੇਖਦੇ ਨੇ ਵੀ ਲਿਫਾਫੇ 'ਚ ਕੀ ਆਇਆ ਹੈ, ਉਹਦਾ ਧਿਆਨ ਲਿਫਾਫੇ 'ਚ ਹੋਣਾ ਚਾਹੀਦਾ। ਪ੍ਰਚਾਰਕ ਨੂੰ ਮਾਇਆ ਮਿਲਣੀ ਚਾਹੀਦੀ ਹੈ, ਪਰ ਪ੍ਰਚਾਰਕ ਇਹ ਦੇਖਦਾ ਮੇਰੇ ਲਿਫਾਫੇ 'ਚ ਕੀ ਆਇਆ। ਪ੍ਰਬੰਧਕ ਗੁਰਦੁਆਰਿਆਂ ਦੇ ਇਹ ਦੇਖਦੇ ਨੇ ਸਾਡੀ ਗੋਲਕ 'ਚ ਕੀ ਆਇਆ।
ਆਉਣਾ ਚਾਹੀਦਾ ਹੈ, ਕਿਸੇ ਗਰੀਬ ਲੋੜਵੰਦ ਦੀ ਮਦਦ ਹੋ ਸਕਦੀ ਹੈ। ਪਰ ਏਮ ਇਹ ਥੋੜ੍ਹੇ ਸੀ ਵੀ ਗੋਲਕ 'ਚ ਕੀ ਆਇਆ, ਨਿਸ਼ਾਨਾ ਇਹ ਨਹੀਂ ਸੀ। ਪ੍ਰਚਾਰਕ ਦੇਖਦਾ ਵੀ ਲਿਫਾਫੇ 'ਚ ਕੀ ਆਇਆ, ਪ੍ਰਬੰਧਕ ਇਹ ਦੇਖਦਾ ਸਾਡੀ ਗੋਲਕ 'ਚ ਕੀ ਆਇਆ, ਅਤੇ ਸੰਗਤ ਇਹ ਦੇਖਦੀ ਵੀ ਲੰਗਰ 'ਚ ਕੀ ਆਇਆ। ਇੰਗਲੈਂਡ ਮੇਰਾ ਤਾਂ ਵਾਹ ਇੱਥੋਂ ਬਹੁਤ ਪਿਆ ਨਾ, ਇੰਗਲੈਂਡ 'ਚ ਬਕਾਇਦਾ ਫੋਨ ਕਰਕੇ ਪੁੱਛਿਆ ਜਾਂਦਾ ਗੁਰਦੁਆਰੇ 'ਚ, ਅੱਜ ਤੁਹਾਡੇ ਗੁਰਦੁਆਰੇ ਕੀ ਬਣ ਰਹੇ ਹੈ। ਜਿੱਥੇ ਖੀਰ ਕੜਾਹ ਬਣ ਰਹੇ ਨੇ, ਜਿੱਥੇ ਸਾਗ ਮੱਕੀ ਦੀ ਰੋਟੀ ਉੱਥੇ ਜਾਵਾਂਗੇ, ਜਿੱਥੇ ਕੜੀ ਚੌਲ ਉੱਥੇ ਜਾਵਾਂਗੇ। ਲੰਗਰ 'ਚ ਕੀ ਬਣ ਰਿਹਾ, ਚਾਹੀਦਾ ਲੰਗਰ ਕੋਈ ਸ਼ੱਕ ਨਹੀਂ, ਪਰ ਨਿਸ਼ਾਨਾ ਇਹ ਤਾਂ ਨਹੀਂ ਸੀ ਨਾ। ਗੁਰਦੁਆਰੇ ਆਉਣ ਦਾ ਮਕਸਦ ਤਾਂ ਹੋਰ ਕੋਈ ਸੀ, ਮਕਸਦ ਸੀ ਸ਼ਬਦ ਨਾਲ ਜੁੜਨਾ। ਕਿਹੜਾ ਗੁਰਮੁਖ ਹੈ ਜਿਹੜਾ ਇਹ ਗੱਲ ਸੋਚਦਾ ਅੱਜ ਗੁਰਬਾਣੀ 'ਚ ਮੇਰੇ ਸ਼ਬਦ ਵਿੱਚ ਕੀ ਆਇਆ ਹੈ। ਕਿੰਨੇ ਕੁ ਸਿੱਖ ਨੇ ਜਿਹੜੇ ਇਹ ਸੋਚਦੇ ਨੇ ਅੱਜ ਮੇਰੇ ਗੁਰੂ ਨੇ ਸ਼ਬਦ ਵਿੱਚ ਮੈਨੂੰ ਕੀ ਦਿੱਤਾ ਹੈ। ਗਲਤ ਇਸ ਦੀ ਸੀ, ਮੇਨ ਮਕਸਦ ਸੀ ਗੁਰਦੁਆਰੇ ਜਾ ਕੇ ਸ਼ਬਦ ਨਾਲ ਜੁੜਨਾ। ਕੁਝ ਲਿਫਾਫਿਆਂ ਨਾਲ ਜੁੜ ਗਏ, ਕੁਝ ਗੋਲਕਾਂ ਨਾਲ ਜੁੜ ਗਏ, ਕੁਝ ਲੰਗਰਾਂ ਨਾਲ ਜੁੜ ਗਏ, ਭਲਾ ਸ਼ਬਦ ਨਾਲ ਕੌਣ ਜੁੜਿਆ, ਕਿਹੜਾ ਲਾਹਾ ਲੈ ਕੇ ਘਰ ਜਾ ਰਿਹਾ। ਗੁਰਮੁਖ ਲਾਹਾ ਲੈ ਗਏ, ਲਾਹਾ ਉਹ ਲੈ ਕੇ ਜਾਂਦੇ ਨੇ ਜਿਹੜੇ ਗੁਰਮੁਖ ਹੋ ਜਾਂਦੇ ਨੇ। ਗੁਰਮੁਖ ਮੈਨੇ ਗੁਰੂ ਦੇ ਕੀ ਸਮਰਪਿਤ। ਮੈਂ ਸਮਾਪਤੀ ਕਰਾਂ ਇੱਕ ਦੋ ਮਿੰਟ ਦੇ ਵਿੱਚ। ਖਾਲਸਾ ਸਾਧਨਾ ਦਿਵਸ ਵੀ ਮਨਾ ਰਿਹਾ, ਮੈਂ ਉਹਨੂੰ ਵੀ ਨਾਲ ਥੋੜ੍ਹਾ ਜੋੜ ਲਵਾਂ। 1699 ਦੀ ਵਿਸਾਖੀ 'ਚ ਚਾਰ ਤਰ੍ਹਾਂ ਦੇ ਲੋਕ ਬੈਠੇ ਸਨ। ਇੱਕ ਸਨ ਗੁਰਮੁਖ, ਜਿਨ੍ਹਾਂ ਨੇ ਆਪਾਂ ਗੁਰੂ ਅੱਗੇ ਭੇਟ ਕਰ ਦਿੱਤਾ। ਦੂਜੇ ਸੀ ਸਨਮੁਖ, ਜਿਹੜੇ ਸਾਹਮਣੇ ਬੈਠ ਕੇ ਕੌਤਕ ਦੇਖਦੇ ਰਹੇ ਪਰ ਹਿੰਮਤ ਨਹੀਂ ਪਈ ਸੀ ਆਪਣਾ ਆਪ ਭੇਟ ਕਰਨ ਦੀ। ਤੀਜੇ ਸਨ ਮਨਮੁਖ, ਮਨ ਦੀਆਂ ਕਰਨ ਵਾਲੇ ਉੱਠ ਕੇ ਦੌੜੇ ਮਾਂ ਗੁਜਰੀ ਜੀ ਵੱਲ, ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤਿਆਰ ਕਰੋ, ਤੁਹਾਡਾ ਪੁੱਤਰ ਤੇ ਸਿੱਖਾਂ ਦੇ ਸਿਰ ਵੱਢਣ ਲੱਗ ਗਏ। ਮਨ ਦੀਆਂ ਕਰਨ ਵਾਲੇ ਮਨਮੁਖ। ਚੌਥੇ ਸਨ ਬੇਮੁਖ, ਕੁਣਕੇ ਦੇ ਮਿੱਤਰ, ਲੰਗਰ ਦੇ ਮਿੱਤਰ, ਕੜਾਹ ਪ੍ਰਸ਼ਾਦ ਖਾਣ ਵਾਲੇ, ਜੁੱਤੀਆਂ ਛੱਡ ਕੇ ਦੌੜੇ ਵੀ ਹੁਣ ਤਾਂ ਸਿਰ ਵੀ ਦੇਣਾ ਪੈਣਾ। ਉਹਨਾਂ ਕੀਰਤਪੁਰ ਟੱਪਦਿਆਂ ਪਿੱਛੇ ਨਹੀਂ ਸੀ ਮੁੜ ਕੇ ਦੇਖਿਆ, ਮਤਾ ਸਤਿਗੁਰੂ ਬੁਲਾ ਨਾ ਲੈਣ ਆਵਾਜ਼ ਮਾਰ। ਬੇਮੁਖ ਪਿੱਠ ਦਿਖਾ ਕੇ ਦੌੜ ਗਏ, ਮਨਮੁਖ ਮਨ ਦੀਆਂ ਕਰਨ ਲੱਗ ਪਏ, ਸਨਮੁਖ ਸਾਹਮਣੇ ਬੈਠੇ ਰਹਿ ਗਏ। ਹਾਂ ਵਿਰਲਾ ਸੀ ਗੁਰਮੁਖ ਜਿਹਨੇ ਉੱਠ ਕੇ ਆਪਾਂ ਭੇਟ ਕਰ ਦਿੱਤਾ, ਜਿਹਨੇ ਭੇਟ ਕੀਤਾ। ਗੁਰੂ ਗੋਬਿੰਦ ਸਿੰਘ ਨੇ ਵੀ ਖਲੋ ਕੇ ਕਹਿ ਦਿੱਤਾ ਸੀ ਸਿੱਖ ਤਾਂ ਮੇਰੇ ਬੜੇ ਹੋਣਗੇ ਪਰ ਮੇਰੇ ਸਭ ਤੋਂ ਪਿਆਰੇ ਸਿੱਖੇ ਪੰਜ ਪਿਆਰੇ ਨੇ। ਇਹ ਮੇਰੇ ਪਿਆਰੇ ਸਿੱਖ ਨੇ ਔਰ ਵੱਡੇ ਭਾਗ ਨੇ ਆਪ ਦੇ, ਖਾਸ ਕਰ ਸਮੂਹ ਅਫਗਾਨ ਸਿੱਖ ਸੰਗਤ ਵੱਲੋਂ ਜਿਹੜਾ ਐਡਾ ਵਿਸ਼ਾਲ ਹਰ ਸਾਲ ਸਮਾਗਮ ਹੁੰਦਾ। ਇਹਦੇ ਵਿੱਚ ਖਾਸ ਕਰ ਅਫਗਾਨ ਸਿੱਖ ਸੰਗਤ ਦੇ ਵਿੱਚ ਇੱਕ ਕਮੀ ਮੈਂ ਜ਼ਰੂਰ ਦੱਸ ਕੇ ਜਾਵਾਂਗਾ ਜਾਂਦੇ ਜਾਂਦੇ। ਇੱਥੋਂ ਦੇ ਬੱਚਿਆਂ ਨੂੰ ਦੇਖ ਕੇ ਮਨ ਬੜਾ ਖੁਸ਼ ਹੁੰਦਾ। ਸੁਖਮਨੀ ਸਾਹਿਬ ਦਾ ਪਾਠ ਜ਼ਬਾਨੀ ਬੱਚਿਆਂ ਨੇ ਕੀਤਾ, ਸਾਡੇ ਪੰਜਾਬੀ ਕਿੰਨੇ ਕੁ ਬੱਚੇ ਨੇ ਜਿਨ੍ਹਾਂ ਨੂੰ ਜ਼ਬਾਨੀ ਸੁਖਮਨੀ ਸਾਹਿਬ ਯਾਦ ਹੈ, ਅਫਗਾਨ ਬੱਚਿਆਂ ਨੇ ਕੀਤਾ। ਇੱਥੇ ਪਾਠ ਬੱਚੇ ਬਹੁਤ ਸੋਹਣਾ ਕਰਦੇ ਨੇ, ਕੀਰਤਨ ਬੜਾ ਸੋਹਣਾ ਕਰਦੇ ਨੇ, ਇਹ ਨਹੀਂ ਕੇਵਲ ਵਾਜੇ ਤਬਲੇ ਨਾਲ, ਤੰਤੀ ਸਾਜ਼ਾਂ ਨਾਲ ਕਰਦੇ ਨੇ, ਅਰਦਾਸ ਕਰਦੇ ਨੇ, ਪ੍ਰਕਾਸ਼ ਕਰਦੇ ਨੇ, ਸੁੱਖ ਆਸਨ ਕਰਦੇ ਨੇ, ਪਾਵਨ ਹੁਕਮਨਾਮਾ ਲੈਂਦੇ ਨੇ, ਸਭ ਕੁਝ ਕਰਦੇ ਨੇ। ਬਸ ਇੱਕ ਚੀਜ਼ ਦੀ ਕਮੀ ਤੁਹਾਡੇ ਵਿੱਚ, ਤੁਹਾਡੇ 'ਚ ਅਜੇ ਤੱਕ ਕੋਈ ਕਥਾਵਾਚਕ ਪ੍ਰਚਾਰਕ ਬੁਲਾਰਾ ਨਹੀਂ ਪੈਦਾ ਹੋਇਆ। ਕਿਉਂ? ਕਿਉਂਕਿ ਅਜੇ ਪਹਿਲੀ ਗੱਲ ਹੈ ਸੁਣਨਾ ਕੰਨ ਰਸ, ਜਿੱਦਣ ਸਮਝਣਾ ਮਨ ਰਸ ਆ ਗਿਆ ਬਾਣੀ ਦੀ ਵਿਚਾਰ ਕਰਨੀ ਸ਼ੁਰੂ ਕਰ ਦੋਗੇ, ਅਤੇ ਜਿੱਦਣ ਸਮਝਣਾ ਮਨ ਰਸ ਆ ਜਾਏਗਾ ਉਸ ਤੋਂ ਅੱਗੇ ਸਮਾ ਜਾਣਾ, ਫਿਰ ਆਤਮ ਰਸ ਉਦੋਂ ਆਏਗਾ। ਇਸ ਕਰਕੇ ਦੂਜੇ ਸਟੈਪ ਦੀ ਲੋੜ ਹੈ। ਜਿੱਥੇ ਏਡੇ ਏਡੇ ਵੱਡੇ ਕੀਰਤਨ ਦਰਬਾਰ ਕਰਦੇ ਹੋ, ਘੱਟੋ ਘੱਟ 4-5 ਕਥਾਵਾਚਕ ਵੀ ਬੁਲਾਇਆ ਕਰੋ। ਇੱਕ ਕੀਰਤਨ ਇੱਕ ਕਥਾ, ਇੱਕ ਕੀਰਤਨ ਇੱਕ ਕਥਾ, ਤੁਹਾਡੇ ਬੱਚਿਆਂ ਨੂੰ ਲਗਨ ਲੱਗੇ ਕਥਾ ਦੀ, ਤੁਹਾਨੂੰ ਬੱਚਿਆਂ ਨੂੰ ਤੁਹਾਡੇ ਬੱਚਿਆਂ ਨੂੰ ਸ਼ਬਦ ਦੀ ਸਮਝ ਆਏ, ਇੱਥੋਂ ਤੱਕ ਤੁਹਾਡੇ ਬੱਚੇ ਬੁਲਾਰੇ ਬਣਨ। ਪਰਸੋਂ ਛੋਟੇ ਜਿਹੇ ਬੱਚੇ ਨੇ ਬੜੀ ਸੋਹਣੀ ਨੌਸ ਕੀਤੀ, ਬੁਲਾਰਾ ਹੈ ਨਾ ਉਹ, ਤੁਹਾਡੇ ਬੱਚੇ ਬੁਲਾਰੇ ਵੀ ਬਣਨ। ਬਸ ਆਹ ਕਮੀ ਪੂਰੀ ਹੋ ਜਾਏ ਕਿ ਤੁਹਾਡੇ ਅਫਗਾਨ ਬੱਚਿਆਂ ਦੇ ਵਿੱਚੋਂ ਜਿੱਥੇ ਚੋਟੀ ਦੇ ਪਾਠੀ ਨਿਕਲ ਰਹੇ ਨੇ, ਕੀਰਤਨੀ ਪੈਦਾ ਹੋ ਰਹੇ ਨੇ, ਅਰਦਾਸੀ ਆ ਰਹੇ ਨੇ, ਤੁਹਾਡੇ ਇਹਨਾਂ ਬੱਚਿਆਂ ਦੇ ਵਿੱਚੋਂ ਕਥਾਵਾਚਕ ਪ੍ਰਚਾਰਕ ਵੀ ਪੈਦਾ ਹੋਣ। ਅਤੇ ਇਹਦੇ ਲਈ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਬੜੇ ਸਮੇਂ ਸਮੇਂ ਉਪਰਾਲੇ ਕੀਤੇ ਵੀ ਗਏ, ਕੀਤੇ ਵੀ ਜਾ ਰਹੇ ਨੇ। ਇੱਕ ਉਪਰਾਲਾ ਜਿਹੜਾ ਗੁਰੂ ਨਾਨਕ ਦਰਬਾਰ ਵੱਲੋਂ ਇਹ ਵੀ ਕੀਤਾ ਜਾ ਰਿਹਾ ਕਿ ਵਟਸਐਪ ਦੇ ਵਿੱਚ ਇੱਕ ਗਰੁੱਪ ਬਣਾਇਆ ਗੁਰੂ ਨਾਨਕ ਦਰਬਾਰ ਦੀਆਂ ਸੰਗਤਾਂ ਦਾ, ਅਫਗਾਨ ਸਿੱਖ ਸੰਗਤਾਂ ਦਾ, ਜਿਹਦੇ ਵਿੱਚ ਗੁਰਬਾਣੀ ਵਿਚਾਰ ਕੀਤੀ ਜਾਂਦੀ ਹੈ, ਜਿਹਦੇ ਵਿੱਚ ਬਕਾਇਦਾ ਜਿਹੜੇ ਸਿੱਖ ਨੇ, ਸਿੱਖ ਬੀਬੀਆਂ, ਸਿੱਖ ਵੀਰ ਬਕਾਇਦਾ ਬੋਲ ਕੇ ਆਪਣੇ 5-5-10-10 ਮਿੰਟ ਵਿਚਾਰ ਪੇਸ਼ ਕਰਦੇ ਨੇ, ਜਿਹਦੇ ਵਿੱਚ ਜਪਜੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ। ਜਿਹੜੇ ਜੁੜੇ ਹੋਏ ਨੇ ਗਰੁੱਪ ਨਾਲ ਉਹਨਾਂ ਨੂੰ ਪਤਾ ਹੈ ਕਿ ਅਸੰਖ ਦੀਆਂ ਪੌੜੀਆਂ ਦੇ ਉੱਪਰ ਇਹ ਵਿਚਾਰ ਪਹੁੰਚ ਚੁੱਕੀ ਹੈ, ਅਤੇ ਜਿਹੜੇ ਨਹੀਂ ਜੁੜੇ ਮੈਂ ਬੇਨਤੀ ਕਰਾਂਗਾ ਉਹ ਆਪਣੇ ਨਾਮ, ਫੋਨ ਨੰਬਰ ਜਿਹੜੇ ਨੇ ਗੁਰੂ ਨਾਨਕ ਦਰਬਾਰ ਦੇ ਕਾਊਂਟਰ 'ਤੇ ਪਹੁੰਚਾ ਦਿਓ,
ਸਰਦਾਰ ਤਰਨਜੀਤ ਸਿੰਘ ਜੀ, ਸਰਦਾਰ ਤਲੋਕ ਸਿੰਘ ਜੀ, ਸਰਦਾਰ ਪ੍ਰਤਪਾਲ ਸਿੰਘ, ਜਿਹਨਾਂ ਨੂੰ ਅਸੀਂ ਸਤਿਕਾਰ ਨਾਲ ਭਾਈ ਪਾਲ ਜੀ ਕਹਿੰਦੇ ਹਾਂ, ਚਾਹੇ ਉਹਨਾਂ ਨੂੰ ਨੰਬਰ ਪਹੁੰਚਾ ਦਿਓ, ਚਾਹੇ ਮੈਨੂੰ। ਮੈਂ ਚਾਹੁੰਦਾ ਕਿ ਉਸ ਗਰੁੱਪ ਦੇ ਵਿੱਚੋਂ ਹੀ ਚੰਗੇ ਤੁਹਾਡੇ ਬੁਲਾਰੇ ਸਿੱਖ ਬੱਚੇ ਪੈਦਾ ਹੋ ਜਾਣ, ਜਿੱਥੇ ਇੰਨੇ ਬੱਚੇ ਅਤੇ ਇੰਨੇ ਵੱਡੇ ਉਹਦੇ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਨੇ, ਵਿਚਾਰ ਕਰਦੇ ਨੇ। ਵਿਚਾਰ ਦੀ ਦੁਨੀਆ 'ਚ ਤੁਸੀਂ ਵੀ ਕਦਮ ਰੱਖੋ, ਜਿਹੜੇ ਨਹੀਂ ਹਨ ਉਹ ਵੀ ਆਪਣੇ ਫੋਨ ਨੰਬਰ ਜਿਹੜੇ ਲਿਖਾਓ ਉਸ ਗਰੁੱਪ ਦੇ ਵਿੱਚ ਨਾਲ ਨਾਲ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸਾਧ ਸੰਗਤ ਦਾ, ਸਤਿਕਾਰਯੋਗ ਸਮੂਹ ਸਾਧ ਸੰਗਤ ਦੇ ਦਰਸ਼ਨ ਹੋਏ। ਇਹਦੇ ਨਾਲ ਹੀ ਪ੍ਰਬੰਧਕਾਂ ਦਾ ਵੀ ਧੰਨਵਾਦ, ਜਿਨ੍ਹਾਂ ਸਦਕਾ ਆਪ ਦੇ ਦਰਸ਼ਨ ਹੋਏ ਹਨ, ਪ੍ਰਬੰਧਕਾਂ ਦਾ ਵੀ ਧੰਨਵਾਦ ਹੈ। ਅਤੇ ਅਖੀਰ ਸਮੂਹ ਅਫਗਾਨ ਸਿੱਖ ਸੰਗਤ UK, ਸਮੂਹ ਅਫਗਾਨ ਸੰਗਤ ਦਾ ਧੰਨਵਾਦ, ਜਿਹੜੇ ਹਰ ਸਾਲ ਇੰਨਾ ਵੱਡਾ ਸਮਾਗਮ ਰਚਦੇ ਨੇ। ਅਤੇ ਇਹੀ ਮੈਂ ਬੇਨਤੀ ਕਰਾਂਗਾ, ਸੁਣਨ ਤੱਕ ਸੀਮਤ ਨਾ ਰਹੀਏ, ਅਗਲੀ ਪੌੜੀ ਸੱਸਾ ਸਮਝਣਾ, ਉਸ ਤੋਂ ਅਗਲੀ ਪੌੜੀ ਸੱਸਾ ਸਮਾ ਜਾਣ ਤੱਕ ਅਸੀਂ ਆ ਜਾਈਏ, ਤਾਂ ਕਿ ਕੰਧ ਰਸ ਤੋਂ ਮਨ ਰਸ ਅਤੇ ਮਨ ਰਸ ਤੋਂ ਸੱਚਮੁੱਚ ਆਤਮ ਰਸ ਪੈਦਾ ਹੋ ਸਕੇ। ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ, ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ